ਦੀ ਮਾਂ, ਗੁਰੂ ਪਿਤਾ ਦੀ ਮਾਤਾ ਹੋ ਕੇ ਤੁਹਾਡੀਆਂ ਅੱਖਾਂ 'ਚ ਉਦਾਸੀ? ਇੱਧਰ ਵੇਖੋ, ਅਸੀਂ ਉਹਨਾਂ ਦੇ ਬੱਚੇ ਹਾਂ। ਅਸੀਂ ਤਾਂ ਬਿਲਕੁਲ ਵੀ ਨਹੀਂ ਘਬਰਾਏ। ਨਾਲੇ ਤੁਸੀਂ ਹੀ ਤਾਂ ਸਾਨੂੰ ਸਿਖਾਇਆ ਹੈ ਕਿ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਫਤਿਹ ਸਿੰਘ, ਚੱਲ ਦਾਦੀ ਨੂੰ ਯਾਦ ਕਰਾਈਏ। ਅਕਾਲ ਪੁਰਖ ਜੋ ਕਰਦਾ ਹੈ ਠੀਕ ਕਰਦਾ ਹੈ, ਉਸਦੇ ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ। ਉਸ ਦੇ ਬੁਰੇ ਕੰਮ ਵਿੱਚ ਵੀ ਅੱਛਾਈ ਹੁੰਦੀ ਹੈ, ਪਰ ਅਸੀਂ ਉਸ ਨੂੰ ਸਮਝ ਨਹੀਂ ਸਕਦੇ। ਇਸ ਲਈ ਉਸ ਨੂੰ ਭੁੱਲਣ ਦੀ ਗਲਤੀ ਕਰ ਬੈਠਦੇ ਹਾਂ ਤੇ ਦੁੱਖ ਪਾਉਂਦੇ ਹਾਂ।